ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਟ੍ਰੇਲਰ ਦੇਖਿਆ ਜੀ ਕਿਰਦਾਰ ਹੈ ਸਰਦਾਰ ਦਾ, ਬਹੁਤ ਵਧੀਆ ਲੱਗਾ। ਬੇਸਿਕਲੀ ਸਰਦਾਰ ਵਰਡ ਹੀ ਇਸ ਤਰ੍ਹਾਂ ਦਾ ਕਿ ਜਦੋਂ ਅਸੀਂ ਬੋਲਦੇ ਹਾਂ ਤਾਂ ਆਟੋਮੈਟਿਕਲੀ ਅਸੀਂ ਆਪਣੇ ਆਪ 'ਚ ਪ੍ਰਾਊਡ ਫੀਲ ਕਰਦੇ ਹਾਂ। ਬਹੁਤ ਅੱਛੇ ਐਫਰਟਸ ਮੈਨੂੰ ਦੇਖੀਆਂ ਡਾਇਰੈਕਟਰ ਸਾਹਿਬ ਨੇ, ਸਾਡੇ ਐਕਟਰ ਨਾਲ ਬਾਜਵਾ, ਮਤਲਬ ਮੇਰੇ ਕੋਲ ਵਰਡਸ ਨਹੀਂ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਜਿੰਨੀ ਕੰਟਰੀਬਿਊਸ਼ਨ ਰਹੀ ਆ, ਚਾਹੇ ਤੁਸੀਂ ਗੇਮਸ ਦੇ ਵਿੱਚ ਦੇਖ ਲਓ ਜਾਂ ਤੁਸੀਂ ਚਾਹੇ ਆਰਮੀ ਦੇ ਵਿੱਚ ਦੇਖ ਲਓ। ਸੋ ਬੜਾ ਅੱਛਾ ਲੱਗਦਾ ਜਦੋਂ ਇਸ ਤਰ੍ਹਾਂ ਦੇ ਸਬਜੈਕਟਸ 'ਤੇ ਕੁਛ ਚੀਜ਼ਾਂ ਬਣਦੀਆਂ ਨੇ, ਅਤੇ ਉਹ ਨਜ਼ਰ ਆ ਰਹੀਆਂ ਸੀਗੀਆਂ ਐਫਰਟਸ ਟ੍ਰੇਲਰ ਦੇਖਿਆ। ਮੇਕਿੰਗ ਵਾਈਜ਼ ਵੀ, ਫਿਲਮ ਮੇਕਿੰਗ ਵਾਈਜ਼ ਵੀ ਜਿਹੜੇ ਸਾਡੇ ਡਾਇਰੈਕਟਰ ਨੇ, ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸਾਡੀ ਪੰਜਾਬੀ ਇੰਡਸਟਰੀ ਜਿਹੜੀ ਆ ਬੜਾ ਅੱਛਾ ਗਰੋ ਕਰ ਰਹੀ ਆ, ਔਰ ਸਾਡੇ ਲਈ ਫਖਰ ਵਾਲੀ ਗੱਲ ਇਹ ਹੈਗੀ ਹੈ ਕਿ ਜਦੋਂ ਵੀ ਬੋਲੀਵੁੱਡ 'ਚ ਕੋਈ ਫਿਲਮ ਰਿਲੀਜ਼ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਦੇਖਦੇ ਕਿ ਪੰਜਾਬ 'ਚ ਫਿਲਮ ਕਿਹੜੀ ਰਿਲੀਜ਼ ਹੋ ਰਹੀ ਹੈ, ਜਾਂ ਪੰਜਾਬ 'ਚ ਫਿਲਮ ਰਿਲੀਜ਼ ਹੋ ਰਹੀ ਹੈ ਜਾਂ ਨਹੀਂ ਰਿਲੀਜ਼ ਹੋ ਰਹੀ। ਸੋ ਇਸ ਲਈ ਸਾਡੀ ਇੰਡਸਟਰੀ ਬੜਾ ਅੱਛਾ ਗਰੋ ਕਰ ਰਹੀ ਹੈ, ਔਰ ਅੱਛੇ ਅੱਛੇ ਸਬਜੈਕਟਸ 'ਤੇ ਫਿਲਮ ਬਣ ਰਹੀ ਹੈ। ਮੈਂ ਬਸ ਆਪਣੀ ਗੁੱਡ ਵਿਸ਼ਿਜ਼ ਦੇਣਾ ਚਾਹਾਂਗਾ ਕਿ ਇਸ ਤਰ੍ਹਾਂ ਹੀ ਅੱਛੇ ਸਬਜੈਕਟ ਬਣਾਉਂਦੇ ਰਹਿਣ, ਅਤੇ ਇਹ ਜਿਹੜੀ ਫਿਲਮ ਕਰਦਾਰੇ ਸਰਦਾਰ ਹੈ ਬਹੁਤ ਬਹੁਤ ਜ਼ਿਆਦਾ ਸੁਪਰੇਟ ਹੋਵੇ। ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ ਵੈਰੀ ਮੱਚ।